ਕੇਂਦਰੀ ਸੇਤ ਕਤਰਤੇ ਸੱਤਰਮੀ ਵਿਸ਼ਵ ਸੇਤ ਸਭਾ ਦੇ ਚੇਅਰਮੈਨ ਅਪੂਰਵ ਚੰਦਰਾਨ ਨੇ 6 ਦਿਨ ਤੱਕ ਚੱਲੀ ਮੀਟਿੰਗ ਦੇ ਸਮਾਪਤੀ ਸਮਾਗਮ ਦੌਰਾਨ ਪੂੰਜੀਗਤ ਪਾਚੰਦਤਾ 6 ਦਿਨ ਦੀ ਚਰਚਾ ਦੌਰਾਨ ਏਜੰਡੇ 'ਚ ਰੱਖੇ ਗਏ ਮੁੱਦਿਆਂ ਤੇ ਅਜਿਹੇ ਫੈਸਲੇ ਲਏ ਗਏ ਜਿਹੜੇ ਵਿਸ਼ਵ ਸੇਤ ਦੇ ਭਵਿੱਖ ਨੂੰ ਆਕਾਰ ਦੇਣਗੇ ਕੋ ਮੰਤਰੀ ਸੇਤ ਨੀਮਜਸੋਦ ਸਮਾਨਤਾ ਅਤੇ ਇੱਕ ਜੁੜਤਾ ਦੇ ਸਾਂਝੇ ਪਲੇਟਫਾਰਮ ਦੇ ਨਿਰਮਾਣ ਲਈ ਕਾਰਗਰ ਕਦਮ ਚੁੱਕਣ ਤੇ ਸਹਿਮਤੀ ਬਣੀ ਤਾਂ ਜੋ ਦੁਨੀਆ ਨੂੰ ਭਵਿੱਖ ਵਿੱਚ ਵੀ ਮਹਾਮਾਰੀ ਦੇ ਖਤਰਿਆਂ ਤੋਂ ਬਚਾਉਣ ਲਈ ਮਦਦ ਮਿਲ ਸਕੇ